ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਸਵੇਰ ਦਾ ਟਾਈਮ ਹੈ, ਸਵੇਰ ਦੇ 9:30 ਦਾ ਟਾਈਮ ਹੈ ਜੀ। ਮੰਦੇ ਪਾਪਾ ਜਾ ਰਹੇ ਨੇ ਆਪਣੇ ਕੰਮ, ਦੀਦੀ ਅਤੇ ਜੀਜਾ ਜੀ ਦਵਾਈ ਲੈਣ ਜਾ ਰਹੇ ਹੈ ਪਟਿਆਲੇ ਰਣਜੋਤ ਨਾਲ। ਅੱਜ ਫਿਰ ਬਦਲਵਾਈ ਹੈ ਜੀ। ਆਹ ਦੇਖੋ ਜੀ, ਆਪਾਂ ਨੇ ਸਰੋਂ ਸੁੱਕਣੀ ਪਾਈ ਹੋਈ ਵਿਹੜੇ 'ਚ। ਠੀਕ ਹੈ ਜੀ, ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਰਣਜੋਤ, ਵਾਹਿਗੁਰੂ ਜੀ ਕੀ ਫਤਿਹ ਬੇਟੇ। ਇਹ ਪਲਰ ਸੁੱਕਣਾ ਪਾਇਆ ਹੋਇਆ ਸੀਗਾ, ਕੰਧ 'ਚੋਂ ਹੇਠਾਂ ਗਿਰ ਗਿਆ, ਹਵਾ ਚੱਲ ਰਹੀ ਹੈ ਨਾ, ਗਿੱਲਾ ਸੀਗਾ। ਫਿਰ ਬਦਲਵਾਈ ਜੀ ਹੋਈ ਹੈ ਨਾ ਅੱਜ। ਜੇ ਧੁੱਪ ਨਿਕਲ ਜਾਂਦੀ ਵਧੀਆ ਸੁੱਕ ਜਾਂਦੀ ਸਰੋਂ। ਚਲੋ ਠੀਕ ਹੈ ਜੀ, ਮੈਂ ਲੱਗਦੀ ਹਾਂ ਕੰਮ। ਸਵੇਰ ਦਾ ਤਾਂ ਨਿਬੜ ਗਿਆ, ਦੁਪਹਿਰ ਦੀ ਸਬਜ਼ੀ ਬਣਾਉਣੀ ਹੈ ਬੈਂਗਣ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹੀ ਆਪਾਂ ਤੁਹਾਨੂੰ ਪਕੌੜੇ ਬਣਾ ਕੇ ਦਿਖਾਵਾਂਗੇ ਜੀ। ਚਲੋ ਵੈਸੇ ਆਉਂਦੇ ਤਾਂ ਸਭ ਨੂੰ ਹੈ, ਚਲੋ ਤਾਨੀ ਬਹੁਤ ਕਈ ਗੋਭੀ ਪਾ ਦਿੰਦੇ ਹੈ ਜੀ, ਆਪਣਾ ਆਪਣਾ ਹੁੰਦਾ। ਆਪਣੇ ਕੋਲ ਜੀ ਆਪਾਂ ਬਣਾਵਾਂਗੇ ਆਲੂ, ਪਿਆਜ ਅਤੇ ਆਪਣਾ ਇਹ ਬੇਸਣ। ਇਹ ਜਲਦੀ ਬਣ ਜਾਂਦੇ ਹੈ, ਥੋੜ੍ਹਾ ਗੋਭੀ ਵਾਲੇ ਨੂੰ ਟਾਈਮ ਲੱਗਦਾ। ਹੁਣ ਆਪਾਂ ਇਹਨੂੰ ਜੀ ਮਿਕਸ ਕਰ ਲਾਂਗੇ। ਆਪਾਂ ਧੋਏ ਹੋਏ ਹੈ ਜੀ ਪਿਆਜ ਵੀ। ਬੱਚੇ ਕਹਿੰਦੇ ਮੰਮਾ ਚਾਹ ਨਾਲ ਖਾਣ ਵਾਸਤੇ ਕੁਛ ਬਣਾਓ ਨਮਕੀਨ ਜਾ। ਹਾਂ ਚਲੋ ਕੀ ਬਣਾਈਏ, ਆਪਾਂ ਇਹਦੇ 'ਚ ਪਾ ਦਾਂਗੇ ਬੇਸਣ। ਆਪਾਂ ਲਾ ਲਾਂਗੇ ਇਹਦੇ 'ਚ ਲੂਣ ਮਿਰਚ। ਆਪਾਂ ਲੂਣ ਮਿਰਚਾਂ ਠੀਕ ਹੀ ਰੱਖਾਂਗੇ, ਆਪਣਾ ਮਸਾਲਾ ਪਾ ਲਾਂਗੇ ਜੀ ਗਰਮ। ਹਲਦੀ ਅਤੇ ਆਪਾਂ ਮਿਰਚ, ਆਪਾਂ ਪਾਲਕ ਵੀ ਪਾ ਸਕਦੇ ਹਾਂ ਜੀ, ਅੱਜ ਕੱਲ੍ਹ ਪਾਲਕ ਨਹੀਂ ਹੁੰਦੀ, ਪਾਲਕ ਨਾਲ ਹੀ ਬਹੁਤ ਵਧੀਆ ਬਣ ਜਾਂਦੇ ਆ। ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ। ਆਪਾਂ ਇੱਧਰ ਪਾ ਲਾਂਗੇ ਤੇਲ, ਆਪਣਾ ਤੇਲ ਗਰਮ ਹੋ ਜੂਗਾ। ਪਾਣੀ ਆਪਾਂ ਦੇਖ ਕੇ ਖਾਵਾਂਗੇ, ਜ਼ਿਆਦਾ ਨਹੀਂ, ਜਿੰਨੇ ਚਿਰ ਬਣਾਇਆ ਸੈੱਟ ਜਿਹਾ ਹੋ ਜਾਣ ਮਤਲਬ। ਆਪਾਂ ਥੋੜ੍ਹਾ ਪਾ ਕੇ ਦੇਖਾਂਗੇ ਜੀ, ਆਪਣਾ ਤੇਲ ਗਰਮ ਹੋ ਗਿਆ, ਥੋੜ੍ਹਾ ਜਿਹਾ ਪਾਵਾਂਗੇ ਆਪਾਂ, ਚੰਗੀ ਤਰ੍ਹਾਂ ਹੋ ਜਾਂਦਾ ਅਤੇ ਇਹਨਾਂ 'ਚ ਵਿਗੜ ਜਾਣੇ ਆ। ਠੀਕ ਆ, ਪਾਣੀ ਫੇਰ ਗਰਮ ਹੋ ਗਿਆ, ਟਾਈਮ ਨਹੀਂ ਲੱਗਣਾ ਨਾ। ਪਕੌੜੇ ਬਣ ਰਹੇ ਹਾਂ, ਕੱਪੜਾ ਪਕੌੜੇ ਕਹਾਂ ਬਣਾਓ ਚਾਹ ਨਾ, ਪਕੌੜੇ ਬਣਾ ਲਈ ਤੂੰ ਆ ਜਾ ਫਟਾਫਟ, ਕੱਪੜੇ ਧੋ ਕੇ ਆਵਾਂਗੇ ਤੂੰ ਰਹਿ ਜਾਏਂਗੀ ਹੈ ਨਾ। ਸਹੀ ਗੱਲ ਹੈ, ਅੱਛਾ ਨਿਬੜ ਗਿਆ, ਨਮਸਤੇ, ਹੋਰ ਤਾਂ ਕੇਅਰ ਕਰ ਲਈ ਜਾ ਰਹੇ ਹਾਂ, ਤਿਆਰੀ ਹੋ ਗਈ, ਬਸ ਮੈਂ ਬਣ ਲੈ, ਤੇਲ ਗਰਮ ਹੋ ਜੇ। ਅੱਛਾ, ਔਰ ਇਹ ਤਾਂ ਜਲਦੀ ਬਣ ਜਾਂਦੇ ਆ, ਬਾਹਰ ਬੜੀ ਕੱਟੀ ਸੀ ਯਾਰ। ਹਾਂ ਬਾਹਰ ਬੈਠੀ ਸਬਜ਼ੀ ਤੇਰੀ ਹੋ ਗਈ ਮਟਰੀ ਦੀ, ਕਰਤੇ ਹੋ। ਅੱਛਾ ਜੀ, ਫਿਰ ਨਾਲ ਮੈਂ ਬਾਅਦ ਚ ਤੜਕ ਦਿੰਦੀ ਹੈ ਨਾ। ਚਲੀ ਕਰ, ਕੱਪੜੇ ਮੈਂ ਧੋਏ ਆਈ ਜੀ, ਦੀਦੀ ਇੱਧਰ ਸਬਜ਼ੀ ਕੱਟ ਰਹੇ ਸੀਗੇ, ਜਿਤਨੇ ਕਹਿ ਗਿਆ ਹੋਣਾ ਵੀ ਮੰਮਾ ਆਲੂ ਦੇ ਪਕੌੜੇ ਬਣਾ ਦੋ, ਫਿਰ ਦੀਦੀ ਨਾਲ ਨਾਲ ਆਲੂ ਕੱਟ ਦੇ, ਪਿਆਜ ਦੇ, ਪਿਆਜ ਵੀ ਕੱਟੀ, ਪਿਆਜ ਮੈਂ ਤਾਂ ਪਤਾ ਹੀ ਨਹੀਂ ਕਿਆ ਕਿਆ ਬਣਾਇਆ, ਪਿਆਜ ਵੀ ਕੱਟੇ ਹੋਏ, ਪਿਆਜ ਦੇ ਤਾਂ ਨਾ ਆਲੂ ਦੇ ਪਿਆਜ ਦੇ ਸਾਡੇ ਪਤਾ ਹੀ ਲੱਗ ਵੀ ਕੀ ਬੱਚੇ ਕਹਿ ਰਹੇ ਹਨ ਹੈ ਨਾ, ਗਰਮ ਸੋਸ ਪਈ ਵਧੀਆ।
ਪਾਲਕ ਪੈ ਜਾਂਦੀ ਵਿੱਚ ਬਹੁਤ ਸੋਹਣੇ ਬਣਦੇ ਚੁਰਚੁਰੇ ਪਾਲਕ ਕਹਿੰਦੇ ਹਰੇ ਹੋ ਜਾਂਦੇ ਹਨ। ਉਦੋਂ ਦਾ ਚਟਪਟੀ ਖਾਣ ਦਾ ਬਹੁਤ ਹੀ ਸ਼ੌਂਕ ਹੈ। ਚਾਹ ਨਾਲ ਦੁੱਧ ਨਾਲ ਕੁਛ ਨਾ ਕੁਛ ਖਾਣ ਨੂੰ ਚਾਹੀਦਾ ਪਾਪਾ ਵਾਂਗੂ। ਅੱਛਾ ਜੀ ਗਿਆ ਮੇਰੇ ਕੋਲ ਰਣਜੋਤ ਵੀ ਬਰਾਂ ਗਿਆ ਮੰਮਾ ਮੰਮਾ ਪਕੌੜੇ ਬਣਾ ਰਹੇ ਤੁਸੀਂ ਵੀ ਆ ਜਾਓ ਮੰਮਾ ਨਾਲ ਹੋ ਕੇ ਬਣਾ ਦਿਓ ਮੈਂ ਪੁੱਤ ਮੈਂ ਆ ਰਹੀ ਹਾਂ। ਮੰਮਾ ਮੈਨੂੰ ਕੁਦਰਤ ਵੀ ਕਹਿ ਕੇ ਗਿਆ ਹੋਣੀ ਕੱਲ ਮੰਮਾ ਨੂੰ ਕਹਿ ਕੇ ਆਇਆ ਵੀ ਮੰਮਾ ਮੈਨੂੰ ਆਲੂ ਦੇ ਪਕੌੜੇ ਖਾਣੇ ਆ। ਫਿਰ ਐਂ ਜੀ ਛੱਡ ਕੇ ਆਉਂਦੀ ਕੱਪੜੇ ਫਿਰ ਦਿਲ ਨਹੀਂ ਕਰਦਾ ਪਰ ਜਾਣ ਨੂੰ ਨਾਲੇ ਫਿਰ ਸੁੱਕ ਵੀ ਜਾਏਗੀ ਹਵਾ ਲੰਘ ਜਾਣੀ ਹੁਣ ਵਿੱਚ ਉਹਨਾਂ ਦੇ ਨਾਲ ਹੀ ਸੁੱਕੀ ਜਾਂਦੇ ਹੁਣ ਤਾਂ ਪਤਾ ਮਿੰਟ 'ਚ ਸੁੱਕ ਗਏ ਕੱਪੜੇ ਜਿਹੜੇ ਪਾਏ ਸੀਗੇ ਉਹ ਪਹਿਲਾਂ ਸੁੱਕ ਵੀ ਇੱਕ ਤਾਰ ਵਾਲੇ ਤਾਂ ਸੁੱਕ ਵੀ ਗਏ ਦੀਦੀ ਐਨੇ ਆਪਾਂ ਪਕੌੜੇ ਬਣਾਉਣੇ ਕੱਪੜੇ ਸੁੱਕ ਜਾਏ ਉਹੀ ਤਾਂ ਫਿਰ ਛੇਤੀ ਬਣ ਜਾਣੇ ਜ਼ਿਆਦਾ ਤੇਲ ਚ ਜੇ ਘੱਟ ਹੋਏਗਾ ਫਿਰ ਟਾਈਮ ਵੀ ਲੱਗੇਗਾ। ਹਾਲੇ ਵੀ ਘੱਟੇ ਪਾਏ ਤੁਸੀਂ ਹੋਰ ਫੁੱਲ ਪਾ ਦਿੰਦੇ ਹਨਾ ਅਗਲੀ ਵਾਰ ਚ ਹਾਂ ਜ਼ਿਆਦਾ ਪਾ ਦਿਓ ਫਿਰ ਜਲਦੀ ਨਿਕਲ ਜਾਣੀ ਹੈ। ਉਹੀ ਤਾਂ ਬਹੁਤ ਹੀ ਪਿਆਰਾ ਕਲਰ ਆਇਆ ਕਲਰ ਬਹੁਤ ਸੋਹਣਾ ਸ਼ਾਮ ਦਾ ਟਾਈਮ ਹੈ ਜੀ ਸ਼ਾਮ ਦੇ 5:30 ਦਾ ਟਾਈਮ ਹੈ ਮੰਮਾ ਧਾਰ ਕੱਢਣ ਗਏ ਨੇ ਤੇ ਬਸ ਆਪਾਂ ਵਾਦੇ ਵਿੱਚ ਸਬਜ਼ੀ ਤੜਕ ਦਾਂਗੇ ਫਿਰ ਆਪਾਂ ਆਟਾ ਗੁੰਨ ਕੇ ਰੱਖ ਲਾਂਗੇ ਜਦੋਂ ਪ੍ਰਸ਼ਾਦਾ ਕਵਾਂਗੇ ਨਾਲ ਦੀ ਨਾਲ ਗਰਮ ਗਰਮ ਬਣਾ ਦਾਂਗੇ ਉਹੀ ਤਾਂ ਇੱਕ ਨਹੀਂ ਬਣਾ ਦੂਗੀ ਇੱਕ ਨਹੀਂ ਫੜਾ ਦੇਗੀ ਚਲੋ ਠੀਕ ਹੈ ਜੀ ਅਸੀਂ ਆਪਣੀ ਅੱਜ ਦੀ ਵੀਡੀਓ
ਤੁਹਾਨੂੰ ਸਾਡੀ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ। ਸਾਡੀ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਅਗਲੀ ਵੀਡੀਓ 'ਚ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।